ਜਿਹੜੀ ਆ ਜ਼ਿਮਨੀ ਚੋਣ ਹੈਗੀ ਹੈ, ਇਹ ਤੋਂ ਪਹਿਲਾਂ ਹੁਣੇ ਪੰਜਾਬ 'ਚ ਸਰਪੰਚੀ ਪੰਚਾਇਤਾਂ ਦੀ ਚੋਣਾਂ ਚੱਲ ਰਹੀਆਂ। ਤੁਸੀਂ ਸਾਰੇ ਇੱਥੇ ਜ਼ਿੰਮੇਵਾਰ ਪ੍ਰੈਸ ਦੇ ਸੱਜਣ ਇਕੱਤਰ ਹੋਏ ਹੋ। ਇੱਕ ਪਾਸੇ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹੈਗੇ ਆ, ਜਿਨ੍ਹਾਂ ਦੀ ਸਰਕਾਰ ਹੈਗੀ ਹੈ, ਇਹ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਨੂੰ ਇਹ ਰੀਲਾਂ ਬਣਾਉਂਦੇ ਨੇ ਆਪ ਦੇ ਫੋਨਾਂ 'ਤੇ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ। ਕਦੀ ਫੋਟੋਆਂ ਨੂੰ ਚੁੰਮਣ ਲੱਗਦੀ ਹੈ। ਤੁਸੀਂ ਦੇਖਿਆ ਹੋਣਾ ਇੱਕ ਅੰਮ੍ਰਿਤਸਰ ਦਾ ਇਹਨਾਂ ਦਾ MP ਹੈਗਾ, MP ਹੈ, ਮੰਤਰੀ ਹੈ, ਪਤਾ ਨਹੀਂ ਕੀ ਹੈ। ਉਹ ਰੀਲਾਂ ਪਾ ਕੇ ਕਦੀ ਫੋਟੋਆਂ ਨੂੰ ਮੱਥਾ ਟੇਕ ਰਿਹਾ, ਕਦੀ ਕੁਛ ਕਰ ਰਿਹਾ। ਪਰ ਜੋ ਇਹਨਾਂ ਨੇ ਚੋਣ ਪ੍ਰਕਿਰਿਆ ਦੀ ਧੱਜੀਆਂ ਉਡਾਈਆਂ ਹੋਈਆਂ ਪੂਰੇ ਪੰਜਾਬ 'ਚ, ਉਹ ਹੱਸਣਯੋਗ ਹੀ ਨਹੀਂ, ਉਹ ਇੰਨੀ ਨਿੰਦਣਯੋਗ ਹੈਗੀ ਆ। ਅੱਜ ਅਸੀਂ ਕਈ ਪਿੰਡਾਂ ਦਾ ਦੌਰਾ ਕਰਕੇ ਆਏ ਹਾਂ। ਗਰੀਬ ਪਰਿਵਾਰਾਂ 'ਚੋਂ ਲੋਕ ਉੱਠ ਕੇ ਜਮਹੂਰੀਅਤ ਦੇ ਢਾਂਚੇ 'ਚ ਸ਼ਾਮਲ ਹੋਣ ਵਾਸਤੇ, ਪੰਚਾਇਤੀ ਚੋਣਾਂ ਲੜਨ ਵਾਸਤੇ ਆਪ ਦੇ ਕਾਗਜ਼ ਪੂਰੇ ਕਰਕੇ ਉਹਨਾਂ ਨੇ ਦਰਜ ਕਰਵਾਏ ਸੀਗੇ। ਜਿਹੜੇ ਚੋਣਾਂ ਦੇ ਪੰਚਾਇਤੀ ਚੋਣਾਂ 'ਚ ਦੇ ਰਿਟਰਨਿੰਗ ਆਫਿਸਰਸ ਹੈਗੇ ਹੈ, ਉਹਨਾਂ ਨੇ ਬਗੈਰ ਉਹਨਾਂ ਨੂੰ ਦੱਸੇ ਉਹਨਾਂ ਦੇ ਕਾਗਜ਼ ਰੱਦ ਕਰਤੇ ਹੈ। ਜਿਹੜਾ ਇਹ ਰਵੱਈਆ ਅਪਣਾ ਰਹੇ ਹੈ ਉਹ ਕੀ ਕਰ ਰਹੇ ਹੈ, ਜਿਨ੍ਹਾਂ ਦੇ 60-60, 70-70 ਸਾਲ ਪੁਰਾਣੇ ਮਕਾਨ ਹੈਗੇ ਹੈ, ਉਹ ਕਹਿੰਦੇ ਹੈ ਕਿ ਤੁਹਾਡੇ ਮਕਾਨ ਪੰਚਾਇਤੀ ਜ਼ਮੀਨ 'ਤੇ ਬਣੇ ਹੋਏ ਹੈ, ਅਤੇ ਕਾਨੂੰਨ ਕਹਿੰਦਾ ਹੈ ਕਿ ਜਿੱਥੇ ਤੁਹਾਡਾ 50 ਸਾਲਾਂ ਤੋਂ ਵੱਧ ਕਬਜ਼ਾ ਹੈਗਾ ਉਹ ਜ਼ਮੀਨ ਨਿੱਜੀ ਤੌਰ 'ਤੇ, ਕਾਨੂੰਨ ਤੌਰ 'ਤੇ ਤੁਹਾਡੀ ਆਪਣੀ ਬਣ ਜਾਂਦੀ ਹੈ। ਸੋ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਦੇ ਪੰਚਾਇਤੀ ਕਾਗਜ਼ ਰੱਦ ਕੀਤੇ ਜਾ ਰਹੇ ਹੈ। ਇਹਨਾਂ ਦੇ ਦੋ ਕੌੜੀਆਂ ਦੇ ਨਿਕੰਮੇ OSD ਵਰਗੇ ਬੰਦੇ ਸੋਸ਼ਲ ਮੀਡੀਏ 'ਤੇ, ਮੀਡੀਏ 'ਤੇ ਆਪਣੇ ਆਪ ਨੂੰ ਹਾਈਲਾਈਟ ਕਰਨ 'ਤੇ ਲੱਗੇ ਹੋਏ ਹੈ ਕਿ ਜੀ ਅਸੀਂ ਸਰਬਸੰਮਤੀ ਨਾਲ ਚੋਣ ਜਿੱਤ ਗਏ। ਹਾਲਾਂਕਿ ਸਰਬਸੰਮਤੀ ਨਾਲ ਉਸ ਪਿੰਡ ਦੇ 10 ਨਿਕੰਮਿਆਂ ਤੋਂ ਇਲਾਵਾ ਇੱਕ ਵੀ ਸਿਆਣੇ ਬੰਦੇ ਨੇ ਆਖਿਆ ਨਹੀਂ ਕਿ ਇਹਨੂੰ ਅਸੀਂ OSD ਨੂੰ ਅਸੀਂ ਪਿੰਡ ਦਾ ਸਰਪੰਚ ਮੰਨਦੇ ਹਾਂ। ਸੋ ਜਿਹੜੀ ਲੋਕਤੰਤਰ ਦੀਆਂ ਜੜ੍ਹਾਂ ਹੁੰਦੀਆਂ ਉਹ ਪੰਚਾਇਤਾਂ ਤੋਂ ਸ਼ੁਰੂ ਹੁੰਦੀ ਹੈ। ਪਾਰਲੀਮੈਂਟਰੀ ਢਾਂਚਾ ਇਸ ਮੁਲਕ ਦਾ ਪੰਚਾਇਤਾਂ ਤੋਂ ਸ਼ੁਰੂ ਹੁੰਦਾ, ਅਤੇ ਇਸ ਮੁਲਕ ਦੇ ਉਸ ਜਮਹੂਰੀਅਤ ਦੇ ਢਾਂਚੇ ਦੀ ਧੱਜੀਆਂ ਉਡਾਈ ਜਾ ਰਹੀਆਂ। ਕੋਈ ਬੋਲ ਨਹੀਂ ਰਿਹਾ, ਸੜਕਾਂ 'ਤੇ ਕਲੈਸ਼ ਹੋ ਰਹੇ ਹੈ, ਅਤੇ ਇਹ ਚੁੱਪ ਚੁਪੀਤੇ ਆਪ ਦੇ ਗੈਰ ਕਾਨੂੰਨੀ ਤਰੀਕੇ ਨਾਲ OSDਾਂ ਨੂੰ ਇਹ ਪੰਚਾਇਤ ਘੋਸ਼ਿਤ ਕਰੀ ਜਾ ਰਹੀ ਹੈ। ਸੋ ਇਹ ਬਹੁਤ ਮਾੜਾ ਮਾਹੌਲ ਹੈ, ਅਤੇ ਹੁਣ ਅਸੀਂ ਹਾਈਕੋਰਟ 'ਚ ਵੱਖ ਵੱਖ ਪਿੰਡਾਂ ਦੀ ਰਿਟਸ ਪਾਉਣ ਲੱਗੇ ਹੈ। ਜਿਹੜੇ ਲੋਕਾਂ ਨਾਲ, ਜਿਨ੍ਹਾਂ ਨੇ ਪੰਚਾਇਤੀ ਪੇਪਰ ਭਰੇ ਸੀਗੇ, ਧੱਕਾ ਹੋਇਆ, ਉਹ ਸਾਡੀ ਪਾਰਟੀ ਨਾਲ ਸੰਪਰਕ ਕਰਨ। ਅਸੀਂ ਬਹੁਤ ਸ਼ਹੀਦ ਵਕੀਲਾਂ ਦਾ ਪੈਨਲ ਬਣਾ ਕੇ ਹਾਈਕੋਰਟ 'ਚ ਪੰਜਾਬ ਸਰਕਾਰ ਦੇ ਖਿਲਾਫ਼, ਚੋਣ ਪ੍ਰਕਿਰਿਆ ਦੇ ਖਿਲਾਫ਼, ਵੱਖ ਵੱਖ ਜ਼ਿਲ੍ਹਿਆਂ ਦੇ DC ਦੇ ਖਿਲਾਫ਼, ਖਾਸਕਰ ਸੰਗਰੂਰ ਦੇ DC ਦੇ ਖਿਲਾਫ਼, ਜਿਹੜਾ ਇੱਕ ਤਹਿਸੀਲਦਾਰ ਤੋਂ DC ਬਣਿਆ, ਅਤੇ ਮੈਂ ਸਮਝਦਾ ਉਹਨਾਂ ਨੂੰ ਕਾਨੂੰਨ ਦਾ ਕੋਈ ਆਈਡੀਆ ਨਹੀਂ ਹੈਗਾ, ਪਰ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈਣਾ। ਦੂਜੀ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਇਹ ਸਰਕਾਰ ਜਦੋਂ ਬਣੀ ਸੀਗੀ ਇਹ ਕਹਿੰਦੀ ਸੀਗੀ ਕਿ ਅਸੀਂ ਉਸ ਵਰਗ ਦੀ ਨੁਮਾਇੰਦਗੀ ਕਰਾਂਗੇ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਕਦੀ ਪੁੱਛਿਆ ਨਹੀਂ ਹੈਗਾ।
ਹੁਣੇ ਕੁਛ ਹੀ ਦਿਨ ਪਹਿਲਾਂ ਅਸੀਂ ਪੱਲੇਦਾਰ ਯੂਨੀਅਨ ਦੇ ਮਜ਼ਦੂਰਾਂ ਨੂੰ ਮਿਲ ਕੇ ਆਏ ਹਾਂ ਅਤੇ ਜਿਹੜੇ ਪੱਲੇਦਾਰੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਉਹ ਜਿੰਨੀ ਅਨਾਜ ਮੰਡੀਆਂ 'ਚ ਇਕੱਠੀ ਹੁੰਦੀ ਹੈ ਉਹ ਸਾਰਾ ਅਨਾਜ ਉਹ ਬੋਰੀਆਂ 'ਚ ਭਰ ਕੇ ਟਰੱਕਾਂ 'ਚ ਲੱਦ ਕੇ FCI ਦੇ ਗੋਦਾਮਾਂ ਤੱਕ ਪਹੁੰਚ ਉਸ ਅਨਾਜ ਦੀ ਕਰਦੇ ਆ। ਹੁਣ ਇਹ ਜਿਹੜੇ ਪੱਲੇਦਾਰ ਮਜ਼ਦੂਰ ਹੈਗੇ ਆ ਇਹਨਾਂ ਦੇ ਉੱਤੇ ਠੇਕੇਦਾਰ ਹੁੰਦੇ ਆ। ਤੁਸੀਂ ਸਾਰੇ ਅਵੇਅਰ ਸਿਟੀਜ਼ਨਸ ਹੋ, ਤੁਸੀਂ ਪ੍ਰੈਸ ਹੋ, ਐਤਕੀ ਇਹ ਸਰਕਾਰ 'ਚ ਪਹਿਲੀ ਵਾਰੀ ਹੋਇਆ ਕਿ ਜਿੰਨੇ ਪੱਲੇਦਾਰ ਮੁਲਾਜ਼ਮ ਨੇ, ਜਿੰਨੇ ਪੱਲੇਦਾਰ ਯੂਨੀਅਨ ਦੇ ਕਰਮਚਾਰੀ ਹੈਗੇ ਉਹਨਾਂ 'ਤੇ ਠੇਕੇਦਾਰ ਬਾਹਰਲੇ ਸੂਬਿਆਂ ਦੇ ਠੇਕੇਦਾਰ ਆ ਇੱਥੇ ਲਾਤੇ ਹੈਗੇ ਆ। ਸੋ ਕਈ ਪੱਲੇਦਾਰ ਠੇਕੇਦਾਰ ਹਿਮਾਚਲ ਕਾਂਗੜਾ ਦੇ ਹੈਗੇ ਆ, ਕਈ ਵੱਖ ਵੱਖ ਜ਼ਿਲ੍ਹਿਆਂ ਦੇ ਬੰਗੇ ਨਵੇਂ ਸ਼ਹਿਰ ਦੇ ਹੈਗੇ ਆ। ਜਿਹੜੇ ਇੱਥੇ ਸਾਡੇ ਪੱਲੇਦਾਰ ਮਜ਼ਦੂਰ ਹੈਗੇ ਆ ਉਹ ਲੱਭਦੇ ਨੇ ਕਿ ਸਾਡਾ ਠੇਕੇਦਾਰ ਕੌਣ ਹੈ। ਹੁਣ ਫਰਜ਼ ਕਰੋ ਮੈਂ ਅਤੇ ਅਸੀਂ ਸਾਰੇ ਪੱਲੇਦਾਰੀ ਕਰਦੇ ਹਾਂ, ਤੁਸੀਂ ਸਾਡੇ ਠੇਕੇਦਾਰ ਹੋ ਜ਼ਿਲ੍ਹੇ ਦੇ, ਸਾਨੂੰ ਪਤਾ ਹੋਣਾ ਕਿ ਬਈ ਆਹ ਸਾਡੇ ਠੇਕੇਦਾਰ ਹੈ, ਕੱਲ੍ਹ ਜੇ ਸਰਕਾਰ ਰਾਹੀਂ ਸਾਡੀ ਕਿਰਤ ਕਮਾਈ ਦੀ ਕੋਈ ਵਾਧਾ ਹੁੰਦਾ, ਸਾਡੀ ਪੱਲੇਦਾਰੀ ਮਜ਼ਦੂਰੀ 'ਚ ਕੋਈ ਸਰਕਾਰ ਵਾਧਾ ਕਰਦੀ ਹੈ ਤਾਂ ਅਸੀਂ ਠੇਕੇਦਾਰ ਸਾਹਿਬ ਕੋਲ ਜਾਵਾਂਗੇ ਕਿ ਠੇਕੇਦਾਰ ਸਾਹਿਬ ਆਹ ਜਿਹੜਾ ਸਰਕਾਰ ਨੇ ਵਾਧਾ ਕੀਤਾ ਇਹ ਪੈਸਾ ਸਾਨੂੰ ਮੁਹੱਈਆ ਕਰਾਓ। ਸਰਕਾਰ ਨੇ 25 ਰੁਪਈਏ ਤੋਂ ਸੈਂਟਰ ਦੀ ਸਰਕਾਰ ਨੇ ਵਾਧਾ ਕਰਤਾ ਅਤੇ ਮੈਨੂੰ ਪਤਾ ਲੱਗਿਆ ਕਿ ਇੱਥੇ ਦੇ ਮੰਤਰੀ ਮੀਤ ਹੇੜ ਅਤੇ ਦੂਜੇ ਦੋ ਜਿਹੜੇ ਨਿਕੰਮੇ ਹੋਰ ਤੁਸੀਂ ਚੁਣ ਕੇ ਭੇਜੇ ਹੈ ਲਾਭ ਉੱਗੋ ਕੇ ਅਤੇ ਤੀਜਾ ਪੰਡੋਰੀ, ਇਹਨਾਂ ਨੇ ਪੱਲੇਦਾਰ ਮਜ਼ਦੂਰਾਂ ਦੇ ਵੀ ਹੱਕ ਖੋਣ ਵਾਸਤੇ ਕਰਪਸ਼ਨ ਕੀਤੀ ਹੈ। ਇਹਨਾਂ ਨੇ 68 ਰੁਪਈਆ ਆਪ ਦੇ ਕੋਲ ਰੱਖਿਆ ਅਤੇ 58 ਰੁਪਈਆ ਪੱਲੇਦਾਰੀ ਨੂੰ ਦਿੱਤਾ। ਹੁਣ ਇਹ ਤੋਂ ਸ਼ਰਮਨਾਕ ਚੀਜ਼ ਕੀ ਹੋ ਸਕਦੀ ਹੈ, ਜਿਹੜਾ ਸਮਾਜ ਦਾ ਸਭ ਤੋਂ ਜ਼ਿਆਦਾ ਗਰੀਬ ਵਰਗ ਹੋਵੇ, ਜਿਹਦੀ ਕਮਾਈ ਦਾ ਕੋਈ ਸਾਧਨ ਨਾ ਹੋਵੇ, ਜਦੋਂ ਆਪਾਂ ਉਹਨਾਂ ਨੂੰ ਮਿਲ ਕੇ ਆਏ ਉਹ ਕਹਿੰਦੇ ਕਿ ਗੋਬਿੰਦ ਸਿੰਘ ਜਿਵੇਂ ਤੁਸੀਂ ਵੱਡੇ ਖਾਨਦਾਨ ਦੇ ਹੈਗੇ ਹੋ, ਤੁਹਾਡੀਆਂ ਫੈਕਟਰੀਆਂ ਹੈਗੀਆਂ, ਤੁਹਾਡੀਆਂ ਜ਼ਮੀਨ ਜਾਇਦਾਦਾਂ ਹੈਗੀਆਂ, ਸਾਡਾ ਕੁਛ ਵੀ ਨਹੀਂ ਹੈਗਾ, ਸਾਡਾ ਇਕੱਲਾ ਸਰੀਰ ਹੈ, ਸਾਡੀ ਸਰੀਰ ਸਾਡੀ ਫੈਕਟਰੀ ਹੈ, ਜਦੋਂ ਤੱਕ ਸਰੀਰ ਕੰਮ ਕਰੂਗਾ, ਜਦੋਂ ਤੱਕ ਇਹ ਸਰੀਰ ਨੂੰ ਕੰਮ ਮਿਲਣਾ ਅਸੀਂ ਆਪ ਦੇ ਬੱਚਿਆਂ ਦੇ ਢਿੱਡ ਭਰ ਸਕਾਂਗੇ। ਜਿਸ ਦਿਨ ਇਹ ਸਰੀਰ ਨੂੰ ਕੰਮ ਮਿਲਣਾ ਬੰਦ ਹੋ ਗਿਆ ਅਤੇ ਅਸੀਂ ਰੁਲ ਜਾਵਾਂਗੇ। ਆਪਾਂ ਪਿਛਲੇ 9 ਮਹੀਨੇ ਦੇ ਰੁਲਦੇ ਫਿਰਦੇ ਹਾਂ ਕਿਉਂਕਿ ਇੱਥੇ ਦੇ ਵਜ਼ੀਰ ਨੇ, ਇੱਥੇ ਦੇ 2 MLA ਨੇ ਸਾਰੇ ਪੱਲੇਦਾਰਾਂ ਦੇ ਠੇਕੇ ਬਾਹਰਲੇ ਸੂਬਿਆਂ ਦੇ ਠੇਕੇਦਾਰਾਂ ਨੂੰ ਫੜਾਤੇ ਹੈ। ਇੱਥੇ ਪੱਲੇਦਾਰ ਮਜ਼ਦੂਰ ਆਪ ਦੇ ਠੇਕੇਦਾਰਾਂ ਨੂੰ ਲੱਭੀ ਫਿਰਦਾ ਹੈ, ਉਹ ਠੇਕੇਦਾਰ UP ਬਿਹਾਰ ਦੀ ਲੇਬਰ ਸਾਰੀ ਇੱਥੇ ਲਿਆ ਕੇ ਪੱਲੇਦਾਰੀ ਮਜ਼ਦੂਰੀ ਦਾ ਕੰਮ ਕਰਵਾਈ ਜਾਂਦਾ, ਇੱਥੇ ਸਾਡੇ ਸਾਰੇ ਪੱਲੇਦਾਰ ਮਜ਼ਦੂਰ ਵਿਹਲੇ ਕਰਤੇ ਹੈ। ਸੋ ਤੁਸੀਂ ਆਪ ਅੰਦਾਜ਼ਾ ਲਾ ਲਓ, ਮੈਂ ਤਾਂ ਇੱਥੇ ਦੇ ਮੰਤਰੀਆਂ ਨੂੰ ਨਿਕੰਮਿਆਂ ਨੂੰ ਕਹਿਣਾ ਚਾਹੁੰਦਾ, ਖਾਸ ਕਰ ਇਹਨਾਂ ਦੀਆਂ ਬੀਬੀਆਂ ਨੂੰ ਕਹਿਣਾ ਚਾਹੁੰਦਾ ਕਿ ਬੱਚੇ ਨਾ ਤੁਸੀਂ ਜੰਮ ਲਿਓ, ਹੱਥ ਤੁਹਾਡਾ ਜਿੱਥੋਂ ਲੱਤ ਨਿਕਲਦੀ ਆ ਉੱਥੋਂ ਹੱਥ ਨਿਕਲਣੇ ਆ ਬੱਚਿਆਂ ਦੇ, ਜਿੱਥੇ ਕੰਨ ਨਿਕਲਦਾ ਉੱਥੋਂ ਅੰਗੂਠੇ ਨਿਕਲਣੇ ਆ। ਇੰਨਾ ਮਾੜਾ ਹਾਲ ਤੁਹਾਡੀਆਂ ਪੁਸ਼ਤਾਂ ਦਾ ਹੋਣਾ ਕਿਉਂਕਿ ਇਹ ਸ਼ਰਮਨਾਕ ਚੀਜ਼ ਹੈ।
ਮੈਂ ਸਮਝਦਾ ਕਿ ਇੱਥੇ ਤੱਕ ਸਾਡੀ ਸਿਆਸਤ ਨਹੀਂ ਡਿੱਗਣੀ ਚਾਹੀਦੀ। ਇਹ ਬਹੁਤ ਵੱਡੀ ਤਰਾਸਦਗੀ ਹੈ। ਮੈਂ ਆਸ ਕਰਦਾ ਕਿ ਤੁਸੀਂ ਇਹਨੂੰ ਆਪਣੇ ਚੈਨਲਾਂ 'ਤੇ ਚਲਾਓਗੇ। ਤੀਜੀ, ਤੁਹਾਨੂੰ ਪਤਾ ਹੋਣਾ ਕਿ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਆਯੁਸ਼ਮਾਨ ਭਾਰਤ ਸਕੀਮ ਹੈ, ਜਿਹਦੇ ਰਾਹੀਂ ਗਰੀਬ ਲੋਕ ਆਪਦਾ ਇਲਾਜ ਕਰਦੇ ਆ। ਕੋਟਾ ਸੈਂਟਰ ਦੇ ਮਹਿਕਮੇ ਤੋਂ ਤੈਅ ਹੁੰਦਾ ਕਿ ਕਿਹੜੇ ਗਰੀਬ ਪਰਿਵਾਰ ਨੂੰ ਕਿੰਨੀ ਆਰਥਿਕ ਸਹਾਇਤਾ ਮਿਲਣੀ ਹੈ ਆਪਦੇ ਇਲਾਜ ਖਾਤਰ। ਹਾਈਕੋਰਟ ਨੇ, ਕਿਉਂਕਿ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਨੇ ਆਯੁਸ਼ਮਾਨ ਸਕੀਮ ਦਾ ਪੈਸਾ ਜ਼ਿਲ੍ਹਿਆਂ ਦੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਤੱਕ ਪਹੁੰਚਦਾ ਹੀ ਨਹੀਂ ਕੀਤਾ, ਹਾਈਕੋਰਟ ਨੇ ਇਹਨਾਂ ਨੂੰ ਇਹੋ ਜਿਹਾ ਰਗੜਿਆ ਹੈ। ਇਹਨਾਂ ਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ, ਜਾ ਕੇ ਕਿਤੇ ਇਹ ਫਾਹਾ ਲੈ ਲੈਣ ਜਿਨ੍ਹਾਂ 'ਚ ਦੋ ਟੱਕਿਆਂ ਦੀ ਕੋਈ ਸ਼ਰਮ ਹੈਗੀ ਆ। ਹਾਈਕੋਰਟ ਨੇ ਆਖਿਆ ਕਿ ਸਿਹਤ ਮਹਿਕਮੇ ਦੇ ਇਕੱਲੇ ਇਕੱਲੇ ਅਧਿਕਾਰੀ ਨੇ, IAS ਅਫਸਰਾਂ ਨੇ, PCS ਅਫਸਰਾਂ ਨੇ ਆਪ ਦੀਆਂ ਸਾਰੀਆਂ ਤਨਖਾਹਾਂ ਹੁਣ ਆਯੁਸ਼ਮਾਨ ਸਕੀਮ ਨੂੰ ਸਮਰਪਿਤ ਕਰਨੀਆਂ। ਕੋਈ ਆਪ ਦੀ ਤਨਖਾਹ ਆਪ ਦੇ ਬੈਂਕ ਖਾਤੇ 'ਚ ਨਹੀਂ ਲੈ ਸਕਦਾ। ਤੁਸੀਂ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਨਹੀਂ ਭੇਜਿਆ ਅਤੇ ਲਓ ਹੁਣ ਤੁਸੀਂ ਆਪ ਦੀ ਜੇਬ 'ਚੋਂ ਪਾਓਗੇ। ਇੰਨੀ ਬੇਇੱਜ਼ਤੀ ਇੱਕ ਮਹਿਕਮੇ ਦੀ ਮੇਰੇ ਖਿਆਲ ਆਜ਼ਾਦੀ ਤੋਂ ਬਾਅਦ ਇਤਿਹਾਸ 'ਚ ਨਹੀਂ ਹੋਈ ਹੋ ਸਕਦੀ। ਜੇ ਫਿਰ ਵੀ ਨਹੀਂ ਜਾਗਦੇ, ਫਿਰ ਹੌਲੀ ਹੌਲੀ ਜਿਵੇਂ ਤੁਹਾਡੇ ਰੈਸ਼ਨ ਕਾਰਡ ਕੱਟੇ ਗਏ ਹੈ, ਤੁਹਾਡਾ ਜਿਹੜਾ ਰੈਸ਼ਨ ਘਰ ਆਉਂਦਾ ਸੀਗਾ ਉਹ ਰੁਕ ਗਿਆ, ਆਯੁਸ਼ਮਾਨ ਕਾਰਡ ਵੀ ਕੱਟੇ ਜਾਣਗੇ। ਇਹ ਬਹੁਤ ਵੱਡੀ ਸਮੱਸਿਆ ਹੈਗੀ ਹੈ ਅਤੇ ਇਹ ਮੈਂ ਸਮਝਦਾ ਸੀਗਾ ਤੁਹਾਡੇ ਅੱਗੇ ਅਸੀਂ ਜਗ ਜ਼ਾਹਿਰ ਕਰੀਏ। ਇੱਕ ਅੱਜ ਅਸੀਂ ਬਰਨਾਲੇ ਜ਼ਿਲ੍ਹੇ ਦੇ ਮੁਲਾਜ਼ਮ ਵਿੰਗ ਦੇ ਸਾਡੇ ਪ੍ਰਧਾਨ ਜੀ ਦੀ ਨਿਯੁਕਤੀ ਵੀ ਕਰਨੀ ਹੈ। ਮੁਲਾਜ਼ਮਾਂ ਦੀ ਜੇ ਗੱਲ ਕੀਤੀ ਜਾਵੇ, ਇਹ ਸਰਕਾਰ ਨੇ ਸੌਂਹ ਖਾਧੀ ਸੀਗੀ, ਮੈਂ ਤੁਹਾਨੂੰ ਅਗਲੀ ਵਾਰ ਸਾਰੇ ਸਬੂਤ ਵੀ ਦੇ ਦਾਂਗਾ ਕਿ ਸਰਕਾਰ ਬਣਦੇ ਹੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਜਿਹੜੀ 2004 ਦੀ ਹੈਗੀ ਹੈ ਉਹ ਸਕੀਮ ਆਪਾਂ ਲਾਗੂ ਕਰ ਦਾਂਗੇ। ਇੱਕ ਇਹ ਵੀ ਵਾਅਦਾ ਕੀਤਾ ਸੀਗਾ ਕਿ ਜਿੰਨੇ DA ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਰੋਕੇ ਗਏ ਹੈ ਉਹ ਵੀ ਅਸੀਂ ਪੂਰੀ ਕਰਾਂਗੇ। ਪੂਰੀ ਤਾਂ ਕੀ ਕਰਨੀ ਸੀਗੀ, 4 DA ਇਕੱਠੀਆਂ ਹੋ ਗਈਆਂ ਅਤੇ ਕੋਈ DA ਸਰਕਾਰੀ ਮੁਲਾਜ਼ਮ ਨੇ ਨਹੀਂ ਪੂਰੀ ਕੀਤੀ। ਹਰ ਸਾਲ 1200 ਤੋਂ 1500 ਮੁਲਾਜ਼ਮ ਰਿਟਾਇਰ ਹੁੰਦਾ ਹਰ ਸਾਲ, ਅਤੇ ਇਹਨਾਂ ਮੁਲਾਜ਼ਮਾਂ ਵਿੱਚੋਂ 250 ਮੁਲਾਜ਼ਮ ਉਸ ਉਮਰ 'ਚ ਬਜ਼ੁਰਗੀ 'ਚ ਪਾਲਦਾ ਕਿ ਕਿਤੇ ਨਾ ਕਿਤੇ ਮੇਰੀਆਂ ਪੈਨਸ਼ਨਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ, ਮੈਂ ਆਪ 'ਤੇ ਕੈਂਸਰ ਦੇ ਇਲਾਜ ਕਰਾ ਦਾਂਗਾ, ਗੁਰਦਿਆਂ ਦੇ ਇਲਾਜ ਕਰਾ ਦਾਂਗਾ, ਸ਼ੂਗਰ ਦੇ ਇਲਾਜ ਕਰਾ ਦਾਂਗਾ। ਪਰ ਤੁਸੀਂ ਦੇਖੋ ਕਿ ਉਹ ਵਿਚਾਰੇ 250-300 ਮੁਲਾਜ਼ਮ ਹਰ ਸਾਲ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹੈ, ਅਤੇ ਤੁਹਾਡੇ ਮੁੱਖ ਮੰਤਰੀ ਅਤੇ ਇੱਥੇ ਦੇ ਸਾਰੇ ਨਿਕੰਮਿਆਂ ਦਾ ਟੱਬਰ, ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ, ਇਹਨਾਂ ਨੂੰ ਕੋਈ ਮਹਿਸੂਸ ਨਹੀਂ ਹੁੰਦਾ ਕਿ ਸਾਡੀਆਂ ਨੀਤੀਆਂ ਕਰਕੇ, ਸਾਡੀ ਗੈਰ ਜ਼ਿੰਮੇਵਾਰੀ ਕਰਕੇ, ਸਾਡੇ ਕੰਮ ਨਾ ਜਾਣਨ ਕਰਕੇ ਲੋਕ ਮਰੀ ਜਾ ਰਹੇ ਹੈ ਅਤੇ ਸਾਡੇ ਕੋਲ ਕੋਈ ਜਵਾਬ ਨਹੀਂ ਹੈਗਾ। ਮੈਂ ਆਸ ਕਰਦਾ ਕਿ ਇਹ ਸਰਕਾਰ
ਲੋਟ ਆਊਗੀ। ਜੇ ਨਹੀਂ ਆਉਂਦੀ ਹੁਣੇ ਤਾਂ ਤੁਸੀਂ ਅਫਸਰਾਂ ਨੂੰ ਵਰਤ ਕੇ, ਡੀਸੀਆਂ ਨੂੰ ਵਰਤ ਕੇ, ਹੁਣ ਘਰਾਚੋਂ ਪਿੰਡ 'ਚ ਇਹ ਕਨਗੋ ਨੂੰ ਕਹਿੰਦੇ ਕਿ ਦੂਜਿਆਂ ਦੇ ਜਾ ਕੇ ਕਾਗਜ਼ ਰੱਦ ਕਰਕੇ ਆ ਜਾਓ, ਅਤੇ ਕਹਿੰਦੇ ਕਿ ਮਿੰਤੀ ਜਾ ਕੇ ਕਰਕੇ ਆ ਜਾਓ ਦੂਜਿਆਂ ਦੇ ਘਰਾਂ ਦੀ, ਅਤੇ ਲਿਖ ਦਿਓ ਪੰਚਾਇਤੀ ਜ਼ਮੀਨ 'ਤੇ ਉਹਨਾਂ ਦੇ ਘਰ ਹੈਗੇ ਆ, ਜਿਹੜੇ OSD ਦੇ ਵਿਰੁੱਧ ਖੜ੍ਹੇ ਸੀ। ਉਸ ਕਨਗੋ ਸਾਹਿਬ ਨੇ, ਅਣਖੀ ਬੰਦਾ ਸੀਗਾ, ਉਹਨੂੰ ਉੱਪਰ ਵਾਲੇ ਦਾ ਡਰ ਸੀਗਾ, ਉਹਨਾਂ ਨੇ ਛੁੱਟੀ ਲੈ ਲਈ, ਕਹਿੰਦਾ ਮੈਂ ਕੰਮ ਨਹੀਂ ਕਰਨਾ। ਫਿਰ ਇਹਨਾਂ ਨੇ ਇਹੀ ਕੰਮ ਕਿਸੇ ਹੋਰ ਮੁਲਾਜ਼ਮ ਤੋਂ ਕਰਾ ਲਿਆ। ਅਸੀਂ ਇਹਨਾਂ ਨੂੰ ਚੁਣੌਤੀ ਦਿੰਦੇ ਹਾਂ ਕਿ ਤੁਸੀਂ ਮੁਲਾਜ਼ਮਾਂ ਦੀ ਵਰਤੋਂ ਨਾ ਕਰੋ, ਕਿਉਂਕਿ ਤੁਸੀਂ ਕਰ ਵੀ ਗੈਰ ਕਾਨੂੰਨੀ ਕੰਮ ਰਹੇ ਹੋ। ਤੁਸੀਂ ਕਨਗੋਜ਼ ਦੀ ਵਰਤੋਂ ਨਾ ਕਰੋ, DC-ਆਂ ਦੀ ਨਾ ਕਰੋ, ਤੁਸੀਂ ਪੁਲਿਸ ਪ੍ਰਸ਼ਾਸਨ ਦੀ ਨਾ ਕਰੋ। ਜੇ ਤਾਂ ਤੁਸੀਂ ਆਪਦੀ ਮਾਂ ਦਾ ਦੁੱਧ ਚੁੰਮਿਆ ਤਾਂ ਫਿਰ ਤੁਸੀਂ ਸੜਕਾਂ 'ਤੇ ਆਓ, ਅਤੇ ਜਿਹੜੇ ਲੋਕ ਤੁਹਾਡੇ ਖਿਲਾਫ ਲੜਦੇ ਹੈ ਅਸੀਂ ਵੀ ਉਹਨਾਂ 'ਚੋਂ ਆਉਂਦੇ ਹਾਂ। ਜੇ ਤਾਂ ਇਹੋ ਜਿਹੀ ਲੜਾਈ ਤੁਸੀਂ ਗੈਰ ਕਾਨੂੰਨੀ ਤਰੀਕੇ ਵਾਲੀ ਲੜਾਈ ਕਰਨੀ ਹੈ ਫਿਰ ਸੜਕਾਂ 'ਤੇ ਆ ਜਾਓ, ਖੁੱਲ੍ਹੀ ਚੁਣੌਤੀ ਹੈ। ਤੁਹਾਡੇ ਕੰਨ ਪੁੱਟ ਕੇ, ਚੀਕਾਂ ਕਢਾ ਕੇ ਤੁਹਾਨੂੰ ਸਮਝਾਵਾਂਗੇ ਕਿ ਤੁਸੀਂ ਗਲਤ ਕਿਉਂ ਹੈਗੇ ਹੋ। ਅਤੇ ਇਹ ਸਾਰੀਆਂ ਅੱਜ ਦੀਆਂ ਗੱਲਾਂ ਹੈਗੀਆਂ, ਅਤੇ ਮੈਂ ਆਸ ਕਰਦਾ ਕਿ ਇਹ ਗੱਲਾਂ ਸਰਕਾਰ ਤੱਕ ਪਹੁੰਚਣਗੀਆਂ। ਨਾਰਾਜ਼ਗੀ ਦੀ ਇਹ ਗੱਲ ਹੈ ਕਿ ਜੇ ਸਰਕਾਰ ਤੱਕ ਪਹੁੰਚਣਗੀਆਂ ਵੀ ਸਰਕਾਰ ਤੋਂ ਕੁਛ ਹੋਣਾ ਨਹੀਂ, ਕਿਉਂਕਿ ਹੁਣ ਸਾਰਾ ਕੰਟਰੋਲ ਅਰਵਿੰਦ ਕੇਜਰੀਵਾਲ ਜੀ ਕੋਲ, ਰਾਘਵ ਚੱਡਾ ਜੀ ਕੋਲ ਅਤੇ ਸੰਦੀਪ ਪਾਠਕ ਜੀ ਕੋਲ ਹੋ ਗਿਆ। CM ਸਾਹਿਬ ਦਾ ਇਕੱਲਾ ਚਪੜਾਸੀ ਪੱਟ ਕੇ ਇਹਨਾਂ ਨੇ ਸੁੱਟਤਾ। CM ਸਾਹਿਬ ਇਕੱਲੇ ਰਹਿ ਗਏ ਹੈਗੇ ਹੈ। CM ਸਾਹਿਬ ਕਦੀ ਕਹਿੰਦੇ ਆ ਕਿ ਮੈਂ ਭਾਜਪਾ 'ਚ ਚੱਲ ਜਾਣਾ, ਮੈਂ ਹੋਰ ਕਿਤੇ ਚੱਲ ਜਾਣਾ ਜੇ ਕਿਤੇ ਤੁਸੀਂ ਮੈਨੂੰ ਜਲੀਲ ਕੀਤਾ, ਪਰ ਜਲੀਲ ਤਾਂ CM ਸਾਹਿਬ ਹੋ ਚੁੱਕੇ ਹੈ, ਇਹ ਸਾਰਿਆਂ ਨੂੰ ਪਤਾ। ਅਤੇ ਮੈਂ ਆਸ ਕਰਦਾ ਕਿ ਹੁਣ ਜਲੀਲ ਹੋਣ ਤੋਂ ਬਾਅਦ ਤੁਸੀਂ ਪੰਜਾਬ ਨਾਲ ਖੜ੍ਹ ਜਾਓ, ਕਿਉਂਕਿ ਦਿੱਲੀ ਨੇ ਤੁਹਾਡੇ ਨਾਲ ਤਾਂ ਖੜ੍ਹਨਾ ਨਹੀਂ। ਹਸਪਤਾਲ ਹੁਣੇ ਜਾ ਕੇ ਆਏ ਹੋ, ਜੇ ਹੁਣੇ ਵੀ ਤੁਹਾਡੇ ਦਿਮਾਗੀ ਤੌਰ 'ਤੇ ਕੋਈ ਘਾਟ ਕਮੀ ਪੇਸ਼ੀ ਹੈਗੀ ਹੈ, ਤਾਂ ਇੱਥੇ ਸਾਡੇ MP ਹੁੰਦੇ ਹੋਏ ਇੱਕ ਹਸਪਤਾਲ ਸੈਂਕਸ਼ਨ ਹੋਇਆ, ਉਹਨੂੰ ਛੇਤੀ ਬਣਾਉਣ ਦੀ ਕਿਰਪਾਲਤਾ ਕਰੋ, ਉੱਥੇ ਤੁਹਾਡੇ ਦਿਮਾਗ ਦਾ ਵੀ ਇਲਾਜ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਹ ਪਰਿਵਾਰ ਨੇ ਜਿਹੜੇ ਜਾਗਰੂਕ ਹੈਗੇ ਹੈ, ਜਿਨ੍ਹਾਂ ਨੂੰ ਸਮਾਜ ਦੇ ਇਕੱਲੇ ਮਸਲੇ ਬਾਰੇ ਜਾਣਕਾਰੀ ਹੈਗੀ ਹੈ। ਇਹ ਉਹ ਪਰਿਵਾਰ ਨੇ ਜਿਹੜੇ ਪਰਿਵਾਰ ਝੂਠੇ ਲਾਰਿਆਂ ਲੱਪਿਆਂ 'ਤੇ ਡੁੱਲਦੇ ਨਹੀਂ ਹੈਗੇ, ਅਤੇ ਬਹੁਤ ਚੰਗੇ ਪਰਿਵਾਰਾਂ ਦੇ ਸਾਰੇ ਪਰਿਵਾਰ ਅੱਜ ਇਕੱਤਰ ਹੋਏ ਹੈ। ਜਦੋਂ ਤੁਸੀਂ ਇਸ ਜ਼ਿਲ੍ਹੇ ਦੇ ਸਾਰੇ ਸੀਨੀਅਰ ਪੱਤਰਕਾਰ ਸਾਹਿਬਾਨ ਆਏ ਹੋ, ਜਦੋਂ ਤੁਸੀਂ ਇਹਨਾਂ ਨੂੰ ਦੇਖੋਗੇ ਤੁਹਾਨੂੰ ਵੀ ਹੈਰਾਨੀ ਹੋਊਗੀ ਕਿ ਇਹ ਸਾਰੇ ਲੋਕ ਅੱਜ ਅਕਾਲੀ ਦਲ ਅੰਮ੍ਰਿਤਸਰ ਦਾ ਪੱਲਾ ਫੜ ਰਹੇ ਹੈ। ਤੁਹਾਨੂੰ ਖੁਸ਼ੀ ਵੀ ਹੋਊਗੀ ਕਿਉਂਕਿ ਇਸ ਜਮਾਤ 'ਤੇ, ਇਸ ਜਥੇਬੰਦੀ 'ਤੇ ਕੋਈ ਦਾਗ ਨਹੀਂ ਹੈਗਾ। ਅਸੀਂ ਕਦੀ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ। ਜੇ ਕਿਤੇ ਆਪਾਂ ਖੜ੍ਹੇ ਵੀ ਹੈਗੇ ਹੈ, ਸੱਚ ਨਾਲ ਖੜ੍ਹੇ ਹੈ, ਕਦੀ ਗਲਤ ਮਸਲੇ 'ਤੇ ਅਸੀਂ ਪੈਰਾ ਨਹੀਂ ਦਿੱਤਾ। ਅਤੇ ਉਵੇਂ ਹੀ ਇਹਨਾਂ ਸਾਰਿਆਂ ਦੇ ਮਸਲੇ ਹੈਗੇ ਹੈ, ਗੁਰੂ ਮਹਾਰਾਜ ਨੇ ਸਾਨੂੰ ਮੌਕਾ ਦਿੱਤਾ, ਅਸੀਂ ਇਹਨਾਂ ਨਾਲ ਖੜ੍ਹੇ ਸੀਗੇ।
ਹਰ ਮਸਲੇ 'ਤੇ ਇਹਨਾਂ ਨਾਲ ਕੰਮ ਕੀਤਾ। ਇਹਨਾਂ ਨੂੰ ਪਾਰਟੀ ਦਾ ਕੰਮ ਪਸੰਦ ਆਇਆ ਅਤੇ ਅੱਜ ਇਹ ਸਾਰੇ ਪਰਿਵਾਰ ਪਾਰਟੀ 'ਚ ਸ਼ਾਮਿਲ ਹੋ ਰਹੇ ਹਾਂ। 50 ਕੁ ਪਰਿਵਾਰ ਹੈਗੇ ਆ ਐਂਡ ਸਾਰੇ ਮੋਥਵਾਰ ਪਰਿਵਾਰ ਹੈਗੇ ਆ, ਵੱਡੇ ਚੰਗੇ ਦਿਲ ਦੇ ਨੀਅਤ ਦੇ ਪਰਿਵਾਰ ਹੈ।